हां जी सत श्री अकाल जी तुहानू सारयां नू पंज रसगुल्ला दिखा लंदे ਵੀ ਬਾਹਰ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਚੱਲੇ ਹਾਂ ਮੋਹਾਲੀ ਕਿੱਥੇ ਚੱਲੇ ਹਾਂ ਮੋਹਾਲੀ ਆਪਾਂ ਚੱਲੇ ਹਾਂ ਮੋਹਾਲੀ ਅਤੇ ਆਪਾਂ ਨੂੰ ਹੈਗਾ ਦੋ ਤਿੰਨ ਕੰਮ ਆਪਾਂ ਕਰਕੇ ਆਵਾਂਗੇ ਅਤੇ ਜਿੱਦਾਂ ਦੀ ਵੀ ਦਿਨ ਚੱਲਿਆ ਹੋਊਗੀ ਤੁਹਾਨੂੰ ਆਪਾਂ ਸਾਰੀ ਵਲੋਗ 'ਚ ਦਿਖਾ ਦੇਣੀ ਆ ਆਪਾਂ ਅੱਗੇ ਲੇਟ ਹਾਂ ਜਾਣਾ ਸੀ 6 ਵਜੇ ਅਤੇ 8 ਵੱਜ ਚੁੱਕੇ ਆ ਅਤੇ ਹੁਣ ਆਪਾਂ ਹੋਰ ਟਾਈਮ ਵੇਸਟ ਨਹੀਂ ਕਰਦੇ ਅਤੇ ਆਪਾਂ ਚੱਲੀਏ ਆਪਣੀ ਮੰਜ਼ਿਲ ਕੀ ਔਰ ਹਮ ਜਾ ਰਹੇ ਹਾਂ ਮੋਹਾਲੀ ਜਿਵੇਂ ਕਰ ਰਹੇ ਖਾਲੀ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜਿਨ੍ਹਾਂ ਨੂੰ ਮਿਲਣਾ ਆ ਉਹਨਾਂ ਦੇ ਫਲੈਟ ਹੋਣੇ ਖੁੱਲ੍ਹਣ ਵਾਲਾ ਹੈ ਅੱਠ ਨੰਬਰ ਬਹੁਤ ਔਖੇ ਪਹੁੰਚੇ ਹਾਂ ਕਿਉਂਕਿ ਪਤਾ ਨਹੀਂ ਲੱਗਣ ਦਿਆ ਪਹਿਲਾਂ ਕਿ ਗਲਤ ਫਲੈਟ 'ਚ ਵੜ ਗਏ ਹੁਣ ਆਪਾਂ ਸਹੀ ਫਲੈਟ 'ਚ ਵੜ ਗਏ ਭਾਈ ਨੇ ਗੱਲ ਜੀ ਵੈਸੇ ਮੈਂ ਤੁਹਾਨੂੰ ਨਹਾਉਣ ਤੋਂ ਬਾਅਦ ਮਿਲਾਉਣਾ ਚਾਹੀਦਾ ਮੈਂ ਸੁੱਤਾ ਸੀ ਮੈਨੂੰ ਆ ਕੇ ਪੰਮੇ ਨੇ ਬਈ ਠਾਲ ਲਿਆ ਇੱਕ ਬੰਦਾ ਮਿਸ ਹੈ ਇੱਕ ਬੰਦਾ ਮਿਸ ਆ ਛਿੰਦਾ ਉਹ ਮੈਂ ਅੱਜ ਫੇਰ ਹੀ ਨਾਲ ਲੈ ਕੇ ਆਇਆ ਅਤੇ ਉਹ ਆਪਾਂ ਦੱਸਿਆ ਵੀ ਨਹੀਂ ਵੀ ਛਿੰਦਾ ਕਿੱਥੇ ਆ ਅਤੇ ਅੱਜ ਆਪਾਂ ਭਾਈ ਨੂੰ ਮਿਲਣਾ ਆ ਅਤੇ ਕਈ ਹੋਰ ਗੱਲਾਂ ਬਾਤਾਂ ਆ ਉਹ ਮੈਂ ਤੁਹਾਨੂੰ ਵਲੋਗ ਦੇ ਵਿੱਚ ਦੱਸ ਦੂੰਗਾ ਕਿ ਕੀ ਕਰਨਾ ਆ ਅਤੇ ਕੀ ਕੁਝ ਸਕੀਮ ਹੈਗੀ ਆ ਸਾਡੀ ਅਤੇ ਤੁਸੀਂ ਦੇਖ ਲਿਓ ਅਤੇ ਹੁਣ ਇੰਨੀ ਕੁ ਗੱਲ ਦੱਸਾਂਗੇ ਹੁਣ ਜਦੋਂ ਐਨ ਤਿਆਰ ਹੋ ਗਿਆ ਨਾ ਟਿਪ ਹਾਂ ਹੁਣ ਤੁਹਾਨੂੰ ਬਾਅਦ ਮੈਂ ਗੱਲਾਂ ਕਰਾਂਗਾ ਉਹ ਤੋਂ ਬਾਅਦ ਅਤੇ ਇਨਸ਼ਾ ਅੱਲਾਹ ਹਮ ਮਿਲਤੇ ਹੈ ਹਾਂ ਬਿਲਕੁਲ ਬਿਲਕੁਲ ਅਤੇ ਦੋ ਤਿੰਨ ਘੰਟੇ ਕੇ ਬਾਅਦ ਦੋ ਤਿੰਨ ਘੰਟੇ ਕੇ ਬਾਅਦ ਬਿਲਕੁਲ ਤੁਹਾਨੂੰ ਦਿਖਾਊਂਗਾ ਥੋੜ੍ਹੇ ਡੈਮ ਪਿਛੇ ਹੁਣ ਭਾਈ ਨੂੰ ਥੋੜ੍ਹਾ ਜਿਹਾ चुटकी मैं मारदा भाजी ए लो हाँ सही है भाजी हुण पड़दा चक दो भाजी सही हो गया रोटी पानी छक लिया उस्ताद जी होनी अजे तक मैदान दे विच खड़े आ बाकी सारे अपना पैर छड के जा चुके आ कोई किधर नू कोई किधर नू ते मैं चौल ही खाधे मैं चौल ही खाधे माड़े जे ते अहीं वेले वुले हो गए ते इधर कहिंदे फुलका नहीं लैणा होर पाणी है भाई मेरा ही आ पी लो ते शामां पै गईआं तकरीबन 5 वज चुके आ ते भाई पाणी दिओ जी गल्लां बातां चल रहीआं ਅੱਜ ਮੈਂ ਪਤਾ ਨਹੀਂ ਕੀ ਚੱਕਰ ਆ ਖਾਧਾ ਵੀ ਕੋਈ ਨਹੀਂ ਤੇ ਕੰਮ ਕੱਚਾ ਕੱਚਾ ਜਿਹਾ ਹੋਇਆ ਪਿਆ ਬਸ 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 ਪਹਿਲਾਂ ਬੜਨਾ ਵੱਡਿਆ ਪਾਉਂ ਕਿੱਥੇ ਆਹ ਬੜਨਾ ਵੱਡਿਆ ਇੱਕ ਮਿੰਟ ਘਰੇ ਨਹੀਂ ਬੈਠੇ ਘਰੇ ਨਹੀਂ ਬੈਠੇ ਹੈਲੋ लो जी इधर अपना पॉडकास्टिंग का सैट रेडी हो गया थोड़ी देर दे विच अपना पॉडकास्ट जिहड़ा शुरू हो जाना वा तो फिलहाल लई इंटरव्यू चलता पिया सीगा गुरप्रीत भाई होना दा सो भाई किदां लग्गिया तुहानूं पप्पी दे नाल अज प्यार करके तो कुछ दिल दीआं गल्लां दसोंगे सानूं जदों दे आए आ सानूं भाई बुलाउणा ही हट गया इहदे दुआले होया कि इहनूं उत्ते बा लैंदा आ ਬਹੁਤ ਕਿਊਟ ਆ ਇਹ ਭਾਈ ਕੱਲ੍ਹ ਲੈ ਕੇ ਆਏ ਨਾ ਇਹ ਭਾਈ ਹੁਣਾਂ ਨੇ ਅਜੇ ਕੱਲ੍ਹ ਹੀ ਖਰੀਦਿਆ ਅਤੇ ਇਹ ਬੀਗਲ ਬੀਗਲ ਕਹਿੰਦੇ ਕਿ ਈਗਲ ਭਾਜੀ ਹਾਂ ਬੀਗਲ ਕਹਿੰਦੇ ਆ ਆਹ ਮੈਨੂੰ ਪਤਾ ਨਹੀਂ ਨਾ ਪ੍ਰੋਪਰ ਨਸਲ ਦਾ ਬੀਗਲ ਅਤੇ ਬੜਾ ਕਿਊਟ ਆ ਅਤੇ ਉਹਦੇ ਭਾਈ ਹੁਣ ਛੱਡ ਨਹੀਂ ਦੇ ਚੰਗਾ ਇੰਨਾ ਰਹਿ ਲਿਓ ਭਾਜੀ ਮੈਂ ਦਿਖਾਉਣਾ ਜ਼ਰੂਰੀ ਸਮਝਿਆ ਕਿ ਚੱਲ ਕੀ ਰਿਹਾ ਆ ਕਿਆ ਗੋਭੀ ਭਾਜੀ ਆ ਸ਼ਾਵਰ ਲੈਣ ਗਿਆ ਚਾਰ ਘੰਟੇ ਲਾ ਕੇ ਆਏ ਆ ਬਹੁਤ ਸਬਰ ਵਾਲੇ ਬੰਦੇ ਨੇ ਮੈਂ ਸੱਚੀ ਹੈਰਾਨ ਹੋ ਗਿਆ ਸਾਢੇ ਤਿੰਨ ਘੰਟੇ ਸੁੱਤੇ ਤੇ ਅੱਧਾ ਘੰਟਾ ਤਿਆਰ ਹੋ ਗਿਆ ਚਾਰ ਘੰਟਾ ਆਉਣ ਦਾ ਮੈਨੂੰ ਚਾਹ ਇੰਨਾ ਸੀ ਮੈਂ ਪੂਰੀ ਰਾਤ ਸੁੱਤਾ ਨੀ ਇਹ ਵੀ ਸੱਚ ਹੈ ਇਹ ਸੱਚ ਆ ਰਾਤੀ ਫੋਨ ਕੀਤਾ 9 ਵਜੇ ਪੰਮੇ ਬਾਈ ਵੀ ਸਵੇਰੇ ਆ ਰਹੇ ਮੈਂ ਕਿਹਾ ਭਾਜੀ ਮੈਂ ਆ ਰਿਹਾ ਤੇ ਤੜਕੇ ਮੈਨੂੰ 8 ਵਜੇ ਜਦੋਂ ਮੈਂ ਗੱਡੀ 'ਚ ਬਹਿਣ ਲੱਗਾ ਸੀ ਫੋਨ ਆ ਗਿਆ
आवाज आईफोन दी आउन दी आ पॉडकास्ट शुरू होना हले ते तकरीबन टाइम हो चुका किन्ना टाइम होया पौने अठ ते अजे अहीं घरे मुड़ना वा तकरीबन एक या दो तो बड़े रमान ना आवाजा ने घर पहुँचते पहुँचते गाला दी जो मम्मी हुणा ने मम्मी लिख दी होनी गाला कि कड़निया आ तो घर जाके तसली होगी तो पॉडकास्ट हूँ शुरू होना तकरीबन एक घंटा लगेगा तो मेरी टीम मैंबर्स भी बैठे हुए आ सही है दिन की पांचवी बारी चाह पी ली आ दसा ना कम कच्चा कच्चा हो गया चाह ने कम खराब किया हूं मैं सारा फंडा लभ लिया भाजी पॉडकास्ट घेंट हो गया ना वधिया हो गया वीरे आ देखो हाँ मैं दिखाया पहला भाजी बहुत घेंट आ गोपी भाई का प्यारा सज्जन मित्र हो गया इन्हू लुको लो मेरे सामने ने लै जाना पॉडकास्ट भाजी घेंट हो गया किन्नी छेती ते केड़े चैनल ते मिलूगा जरा आप दस दो भाजी ते चंगा रहो असल चाहिए कहन लग पई ना जा पापा को चल जा अच्छा भाजी फौजी फ्री स्टाइल ते जेड़ा अपना पॉडकास्ट आऊगा ते आज तरीक 7 है जी 7 दिसंबर ते आपा कोशिश करांगे विदिन वीक ही पब्लिश कर दिए सही हो जाना भाजी ते भाजी हुणी सीगे नाल भाई दे बैठे होए कैन भाजी ते भाजी हुणी डायरेक्टर भाजी अपना शुभ नाम सीगा हरमन ओनली ते भाई एक होर नाम भी है पर मैं नहीं दिखावांगा ते बहुत सोहना हाँ जी हाँ जी हाँ जी प्लेट भी फौजी फ्री स्टाइल एपीसोड नंबर 3 ते ए एपीसोड नंबर 3 अपना सीगा ते बहुत सोहना काम हो चुका जी रात 9:30 हो चुके आ जिवें घेंट घेंट क्वेश्चन पुछे आ भाजी हुणा ने उहदे जवाब होए आ ते इदां घेंट घेंट क्वेश्चन आपां मम्मी हुणा नूं उहदे जवाब देणे आ जे आपां लेट किद्दां हो गए हाँ मम्मी हुणा दस्स जवाब दे दो घरे दस्सिओ माता जी सति श्री अकाल पैरी पैने जी थोड़ा जिहड़ा मुंडा चलो आही थोड़े बच्चे हैं बड़ा टैलेंटड है बहुत साफ दिल इंसान है तो इन्हें बहुत तरक्की करनी है तो जमा फिक्र ना करो ये ना ये भरा भी खड़े ने ते आप भी चंगे कर्म कमा रहे ते फुल तरक्की होगी भरा दी वाहेगुरू करन वाला भाजी बाकी भरावां दी सपोर्ट चाहिए आ ते खास खास बंदे आ ते मैं हर बंदा पॉजिटिव रहा करे भाई जिन्ने भी देखदे ने बिल्कुल कोई भी चीज थानू चंगी लगती है ना ते उदो खुश होवो जे थानू कोई चीज बुरी लगती उनू देखो ना लंघ जाओ उत्थों लंघ जाओ बस नेगेटिव ना होवो खुश रहो हसदे वसदे रहो लव यू सारेयां बिल्कुल बिल्कुल एक एदे ते बोलदे आ हां जी हां बिल्कुल भाजी लोकी कहणगे वी फौजी साहब को कहदे शहरी एक नहीं सुनाई कहंदा कि हुण भुल जा गलतियां कीतियां नू ते छड्ड दे गल्लां बीतियां नू वाह मजा अज दा लैण लई समां ते कढ तंग जो करदा सोचना छड्ड दस केड़ियां गल्लां किथे खो गया तू बदल नहीं सकदा पम्या जो कुछ हो गया पछतावे मन तो सारे चक जो कुछ सिखिया सांभ के रख घूमदी जांदी वक्त दी सुई मुड़के नहीं ये फड़ होनी जे एक पेज ते खड़िया रह गया किवें कहानी पढ़ होनी ओ किन्ना कुछ जो पिछे रह गया गल ए भी किधरे लुक जूगी तेरा रोल जो रूह नाल पूरा कर ਕੇਸ਼ ਭਾਜੀ रमेश 5 ਵਾਰੀ ਚਾਹ ਬਲਾਈ ਉਸਤਾਦ ਜੀ ਨੇ ਆਪਾਂ ਨੂੰ ਇਹਦਾ ਨਾਮ ਸੁਜੈਸਟ ਕਰੋ ਸਾਨੂੰ ਇਹਦਾ ਨਾਮ ਸੁਜੈਸਟ ਕਰ ਦਿਓ ਕਮੈਂਟਾਂ ਦੇ ਵਿੱਚ ਇਹ ਵੀਰ ਤੋਂ ਆਪਾਂ ਲੈ ਆਏ ਆਪਾਂ ਹੂੰ ਸ਼ਿੰਦਾ ਲੋਕਾਂ ਨੇ ਕਿਹੜਾ ਫੌਜੀ ਭਾਈ ਕੋ ਪਿਆਈ ਸ਼ਿੰਦਾ ਸ਼ਿੰਦੇ
ਬਹੁਤ ਘੈਂਟ ਆ ਭਾਜੀ ਉਹਨਾਂ ਨੇ ਅਜੇ ਕੱਲ ਹੀ ਕਹਿ ਲਓ ਵੀ ਡੋਪਟ ਹੀ ਕੀਤਾ ਤੇ ਰਿਸ਼ਤੇਦਾਰ ਆ ਰਹੇ ਆ ਬਾਹਰੋਂ ਤੇ ਉਹਨਾਂ ਨੇ ਕਿਹਾ ਵੀ ਜਾਨਵਰ ਪਹਿਲਾਂ ਰੱਖੋ ਫਿਰ ਅਸੀਂ ਆਉਣਾ ਮਿਲਣ ਤੇ ਬਹੁਤ ਸੋਹਣਾ ਆ ਤੇ ਅੱਜ ਦਾ ਦਿਨ ਬਹੁਤ ਘੈਂਟ ਰਿਹਾ ਤੇ ਜੀ ਬਹੁਤ ਵਧੀਆ ਘੈਂਟ ਘੈਂਟ ਗੱਲਾਂ ਕੀਤੀਆਂ ਤੇ ਯਾਦ ਰਹੂਗਾ ਇਸ ਵੀਡੀਓ ਦੇ ਜ਼ਰੀਏ ਸਹੀ ਆ ਭਾਜੀ ਜ਼ਿੰਦਗੀ 'ਚ ਇੱਕ ਗੱਡੀ ਚੰਗੀ ਸਾਡੇ ਕੋਲ ਵੈਸੇ ਇੱਕ ਗੱਲ ਹੈ ਹਾਂ ਬਾਈ ਜੀ ਆਪਾਂ ਆਹ ਚੀਜ਼ਾਂ ਜਿਹੜੀਆਂ ਰਿਕਾਰਡ ਕਰਦੇ ਹਾਂ ਇਹ ਲਾਈਫ ਟਾਈਮ ਮਤਲਬ ਮੈਂ ਆਪਦੀ ਜ਼ਿੰਦਗੀ 'ਚ ਆਪਦੇ ਨਿਆਣਿਆਂ ਨੂੰ ਖਰੇ ਸਾਰਿਆਂ ਨੇ ਮੈਨੂੰ ਪੁੱਛਣਾ ਖਰੇ ਨਹੀਂ ਪੁੱਛਣਾ ਜਦੋਂ ਮੇਰੇ ਨਾਲ ਗੱਲਬਾਤ ਨਹੀਂ ਕਰਨਗੇ ਆਪਣੇ ਫੋਨਾਂ ਤੇ ਲੱਗੇ ਹੋਣਗੇ ਤੇ ਮੈਂ ਵੀ ਵੈਸੇ ਆਪਦੇ ਫੋਨ ਤੇ ਲੱਗਿਆ ਹੋਊਗਾ ਤੇ ਮੈਂ ਆਹ ਸਾਰੀਆਂ ਚੀਜ਼ਾਂ ਉਦੋਂ ਚੈੱਕ ਕਰਾਂਗਾ ਇਹ ਰਿਕਾਰਡ ਹੋ ਗਈ ਹੁਣ ਇਹ ਅੱਜ ਤੋਂ 20 ਸਾਲ ਬਾਅਦ ਮੈਂ ਬੁੱਢਾ ਹੋ ਕੇ ਦੇਖਾਂਗਾ ਤੇ ਨਿਆਣਿਆਂ ਨੇ ਕਿਹੜਾ ਪਾਪਾ ਪੂਰਾ ਅੱਤ ਕਰਾਉਣਾ ਚਾਹੀਦਾ ਪੰਮੀ ਭਾਈ ਹਾਂ ਧੋਲੇ ਤਾਂ ਹੁਣੇ ਆ ਗਏ ਮੇਰਾ 2000 ਦਾ ਬਰਥ ਹੈ ਧੋਲੇ ਤਾਂ ਆ ਗਏ 2000 ਦਾ ਬਰਥ ਹੈ ਵਾਹ ਸੱਚੀ ਭਾਜੀ ਯਾਰ ਕਸਮ ਤੋਂ ਭਾਈ ਭਾਈ ਦਾ 2000 ਦਾ ਬਰਥ ਹੈ ਤੇ ਆਪਾਂ ਫਿਰ ਸਾਲ ਵੱਡੇ ਹੋਏ 1999 ਦਾ ਬਰਥ ਮੇਰਾ ਆ ਤੇ ਮੇਰੇ ਵੀ ਜਦੋਂ ਨਿਆਣੇ ਵੇਖਣ ਕਰਨਗੇ ਉਹਨਾਂ ਨੇ ਕਹਿਣਾ ਪਾਪੇ ਨੇ ਵੀ ਕੋਈ ਦੁਕਾਨ ਨਹੀਂ ਛੱਡੀ ਜਿੱਥੇ ਹੱਥ ਨਹੀਂ ਕਰਾਈ ਸਹੀ ਆ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਹੈ ਨਾ ਬਾਹਲੀ ਵੱਧ ਗਈ ਆ ਇਹਦੇ ਫਾਇਦੇ ਬਹੁਤ ਆ ਸਮੇਂ ਪਿੱਛੋਂ ਜਿੱਦਾਂ ਹੁਣ ਆਪਾਂ ਆਪਣੇ ਮੰਮੀ ਡੈਡੀ ਹੋਣਾਂ ਦੀ ਕੋਈ ਵੀ ਸਟੋਰੀ ਨਹੀਂ ਦੇਖ ਸਕਦੇ ਹਾਂ ਵਿਆਹ ਦੀ ਐਲਬਮ ਵਗੈਰਾ ਜ਼ਰੂਰ ਦੇਖ ਲਈਦੀ ਆ ਵਿਆਹ ਦੀ VCR ਵਿੱਚ ਉਹ ਲਾ ਕੇ ਦੇਖਦੇ ਹੁੰਦੇ ਸੀ ਇੱਕ ਗੱਲ ਦੱਸਦਾ ਜਦੋਂ ਮੈਂ ਛੋਟਾ ਹੁੰਦਾ ਸੀ ਜੀ ਉਦੋਂ ਮੈਂ ਆਪਣੇ ਘਰਦਿਆਂ ਨਾਲ ਲੜਦਾ ਹੁੰਦਾ ਸੀ ਉਹਨਾਂ ਦੇ ਵਿਆਹ ਦੀ ਮੂਵੀ ਦੇਖ ਕੇ ਮੈਂ ਕਿੱਥੇ ਆ ਸਹੀ ਗੱਲ ਮੈਂ ਮੈਨੂੰ ਦੱਸੋ ਮੈਂ ਕਿੱਥੇ ਸੀ ਬਸ ਬਸ ਉਹੀ ਗੱਲ ਆਪਣੀ ਆ ਘਰ ਤੇ ਵੀ ਵਿਚਾਰੇ ਕੋਈ ਸਵਾਲ ਨਹੀਂ ਹੁੰਦਾ ਸੀ ਤੂੰ ਪੇਟੀ 'ਚ ਸੀ ਤੈਨੂੰ ਖੋ ਦਿੱਤਾ ਸੀ ਅਤੇ ਉਹੀ ਗੱਲ ਆਪਣੀ ਆ ਬਈ ਜਦੋਂ ਨਿਆਣੇ ਉਹਨੇ ਦੇਖਣ ਕਰਨਗੇ ਸਮਝਣਗੇ ਵੀ ਸਾਡਾ ਡੈਡੀ ਜਵਾਨੀ 'ਚ ਕੀ ਕਰਦਾ ਰਿਹਾ ਤੇ ਕਿੱਥੇ ਕਿੱਥੇ ਨੇ ਮੱਤਾਂ ਖੋਲੀਆਂ ਵਾ ਡੈਡੀ ਦੀ ਤੂਤੀ ਬੋਲਦੀ ਰਹੀ ਹੈ ਹਾਂ ਇਹ ਜ਼ਰੂਰ ਕਹਿਣਗੇ ਸਕੂਲੇ ਮੈਂ ਡੈਡੀ ਦੀ ਤੂਤੀ ਬੋਲਦੀ ਰਹੀ ਆ ਪੂਰੇ ਇਲਾਕੇ 'ਚ ਤੇ ਬਸ ਠੀਕ ਹੈ ਜੀ ਮਿਹਰਬਾਨੀ ਅੱਜ ਦਾ ਪੋਡਕਾਸਟ ਬਹੁਤ ਘੈਂਟ ਰਿਹਾ ਬਹੁਤ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ ਆਪਾਂ ਜੋ ਕਰਨੀਆਂ ਚਾਹੀਦੀਆਂ ਸੀ ਇਹ ਮੇਰਾ ਪਹਿਲਾ ਪੋਡਕਾਸਟ ਸੀ ਅਤੇ ਤੁਸੀਂ ਦੇਖ ਸਕਦੇ ਆ ਅਤੇ ਹੁਣ ਆਪਾਂ ਛੇਤੀ ਆਵਾਂਗੇ ਮਾਲੀ ਅਤੇ ਹਜੇ ਘੁੰਮਣ ਫਿਰਨ ਦਾ ਮੌਕਾ ਨਹੀਂ ਮਿਲਿਆ ਸਵੇਰ ਦਾ ਉੱਤੇ ਚੜ੍ਹੇ ਹਾਂ ਫਲੈਟ ਦੇ ਅਤੇ ਉੱਤੇ ਬੈਠੇ ਹਾਂ ਅਤੇ ਬਣੇ ਰਹੋ ਪਰਿਵਾਰ ਪਰਮਜੀਤ ਦੇ ਨਾਲ ਥੈਂਕ ਯੂ ਭਾਅ ਜੀ ਹੁਣੀ ਛੱਡਣ ਜਾ ਰਹੇ ਨੇ ਸ਼ੁਕਰੀਆ ਬਾਬਾ ਮਿਹਰਬਾਨੀ ਅਤੇ ਜਲਦੀ ਫਿਰ ਤੋਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਅਤੇ ਟਾਈਮ ਬਹੁਤ ਚੁੱਕਾ ਤਕਰੀਬਨ ਰਾਤ ਦੇ 10 ਵੱਜ ਚੁੱਕੇ ਆ 10:30 ਕਰ ਚੁੱਕੇ ਆ ਵੀ ਮੈਂ ਇਹਨਾਂ ਦੇ ਪਿੰਡ ਆਉਣਾ ਸ਼ਹਿਰ ਆਉਣਾ ਆ ਅਤੇ ਬਾਕੀ ਦੇਖਦੇ ਹਾਂ ਬਾਕੀ ਭਾਈ ਨੇ ਇੰਨਾ ਨੇਰਾ ਹੋ ਗਿਆ ਰਾਤ ਰਹਿਣ ਦਾ ਨਹੀਂ ਕਿਹਾ ਭਾਈ ਨੇ ਪੂਰਾ ਪਿਆਰ ਆ ਤੇ ਪੂਰਾ ਪਿਆਰ ਆ ਤੇ ਲੇਟ ਵਾਵਾ ਹੋ ਗਏ ਆ ਤੇ ਐਸੇ ਮਹੀਨੇ ਫਿਰ ਤੋਂ ਮਿਲਾਂਗੇ ਭਾਈ ਦੇ ਨਾਲ ਇੱਕ ਨਵੇਂ ਵਲੌਗ ਦੇ ਵਿੱਚ ਬਹੁਤ ਵਧੀਆ ਲੱਗਿਆ ਯਾਰ ਮੈਨੂੰ ਮਿਲ ਕੇ ਮੰਮੀ ਥੈਂਕ ਯੂ ਭਾਈ ਦੀ ਰਿਪੋਰਟ ਹੈ ਜਮਾ ਥੈਂਕ ਯੂ ਭਾਈ ਤੇ ਤੁਸੀਂ ਲਾਈਕ ਕਰਦੇ ਹੋ ਇਸ ਵਲੌਗ ਨੂੰ ਜੇਕਰ ਤੁਹਾਨੂੰ ਵਧੀਆ ਲੱਗੇ ਹੋਵੇ ਤੇ ਇਹ ਪੋਡਕਾਸਟ ਆ ਜਾਣਾ ਆ ਬਹੁਤ ਜਲਦੀ ਫੌਜੀ ਫ੍ਰੀ ਸਟਾਈਲ ਤੇ ਆਪਾਂ ਉਸ ਚੈਨਲ ਨੂੰ ਪੂਰੀ ਸਪੋਰਟ ਕਰਨੀ ਆ ਆਪਣੇ ਭਾਈ ਨੇ ਹੁਣ ਪੋਡਕਾਸਟਿੰਗ ਦਾ ਕੰਮ ਯੋਰਾ ਸ਼ੋਰਾ ਤੇ ਚੱਕ ਦਿੱਤਾ ਲਵ ਯੂ ਸਰ ਥੈਂਕ ਯੂ ਗੱਲ ਵਧੀਆ ਕਰਾਇਆ ਨਾ ਬਸ ਉਦਾਂ ਹੀ ਕਰੋ ਫਿਰ ਚੰਗਾ ਭਾਜੀ ਚੰਗਾ ਭਾਜੀ ਚੰਗਾ ਬਾਈ ਜੀ ਆ ਬਾਈ ਲੇਟ ਮਿਲੇ ਆ ਅਤੇ ਚੰਗਾ ਭਾਜੀ ਛੇਤੀ ਮਿਲਾਂਗੇ ਜਲਦੀ ਅਤੇ ਬਾਏ ਬਾਏ ਲਓ ਜੀ ਇੱਧਰ ਟੋਲ ਪਲਾਜ਼ੇ 'ਤੇ ਖੜ੍ਹੇ ਹਾਂ ਅਤੇ ਟੋਲ ਪਲਾਜ਼ੇ 'ਤੇ ਕੋਈ ਬੈਠਾ ਨਹੀਂ ਅਤੇ ਆਪਣੇ ਪੈਸੇ ਕੱਢੇ ਨਹੀਂ ਜਾਣਦੇ ਅਤੇ ਲੇਟ ਆਪਾਂ ਅੱਗੇ ਹੋ ਗਏ ਹਾਂ ਟਾਈਮ ਹੋ ਚੁੱਕਾ 11 ਵੱਜ ਚੁੱਕੇ ਆ ਜੀ ਹੁਣ ਕੁਛ ਨਹੀਂ ਪਤਾ ਆਹ ਵਧੀਆ ਕੰਮ ਫੜਿਆ ਆ ਜੀ ਤਕਰੀਬਨ 12:30 ਹੋ ਚੁੱਕੇ ਆ ਮੈਂ ਤਾਂ ਘੜੀ ਅੱਖ ਲਾ ਲਈ ਅਤੇ ਆਪਾਂ ਪਹੁੰਚ ਗਏ ਹਾਂ ਬਰਗਰ ਕਿੰਗ ਥੋੜ੍ਹਾ ਬਹੁਤਾ ਖਾਵਾਂਗੇ ਪੀਵਾਂਗੇ ਅਤੇ ਫਿਰ ਅੱਗੇ ਜਾਵਾਂਗੇ ਇਸ ਵੇਲੇ ਅੱਖਾਂ ਦੇ ਵਿੱਚ ਪੂਰੀ ਨੀਂਦ ਆ ਕੁਛ ਦੱਸ ਨਹੀਂ ਸਕਦਾ ਇਹਦੀਆਂ ਅੱਖਾਂ 'ਚ ਦਿਸਣ ਦੀਆਂ ਵੀ ਇਹਨੂੰ ਖੂਬ ਸਾਰੀ ਨੀਂਦ ਆਈ ਆ ਅਤੇ ਨੀਂਦ ਆਪਾਂ ਨੂੰ ਵੀ ਬਹੁਤ ਆਈ ਆ ਆਪਾਂ ਵੀ ਪੂਰੇ ਥੱਕੇ ਹੋਏ ਹਾਂ ਪਤਾ ਨਹੀਂ ਕੀ ਗੱਲ ਆ ਜਦੋਂ ਗੱਡੀ 'ਚ ਬੈਠੇ ਨਾ ਅਜੇ ਫਲੈਟ ਤੋਂ ਇੱਕਦਮ ਹੀ ਨੀਂਦ ਨੇ ਜ਼ੋਰ ਪਾ ਤਾ ਉੱਤੋਂ ਥੋੜ੍ਹੀ ਸਿਹਤ ਜੀ ਨਹੀਂ ਠੀਕ ਹੈਗੀ ਪਰ ਨੀਂਦ ਹੁਣ ਹੱਦੋਂ ਵੱਧ ਗਈ ਆ ਮੈਂ ਕੁਛ ਖਾ ਪੀ ਲਈਏ ਮੁੜ ਕੇ ਮੈਂ ਸੌ ਜਾਣਾ ਮਾਨ ਨਾਲ ਲਾਇਆ ਮੈਂ ਗੱਡੀ ਚਲਾਉਣ ਇਹਨਾਂ ਨੂੰ ਹੋਰ ਲਓ ਜੀ ਟਾਈਮ ਹੋ ਗਿਆ ਰਾਤ ਦੇ 1:18 ਅਤੇ ਘਰ ਪਹੁੰਚ ਚੁੱਕੇ ਹਾਂ ਚੰਗਾ ਭਾਅ ਜੀ ਓਕੇ ਬਾਏ ਅਤੇ ਨਹੀਂ ਮੈਂ ਨਹੀਂ ਖਾਣਾ ਚੰਗਾ ਚੰਗਾ ਓਕੇ ਆਪਾਂ ਨੂੰ ਤਾਂ ਪੂਰੀ ਨੀਂਦ ਆਈ ਪਈ ਆ ਬਾਈ ਅੱਕ ਮਾਤਾ ਨੇ ਮਿਕਸੀ ਦਿੱਤੀ ਸੀ ਕਹਿੰਦੀ ਆ ਮੋੜ ਆਇਓ ਸਵੇਰੇ ਨਵੀਂ ਲਿਆਂਦੀ ਸੀ ਇੱਕ ਪ੍ਰੈਸ ਆ ਅਤੇ ਇਹ ਨਹੀਂ ਮੋੜ ਹੋਈ ਮੋੜ ਨਹੀਂ ਕਿੱਥੇ ਤਾਂ 1:30 ਵਜੇ ਤਾਂ ਮੁੜਿਆ ਨਹੀਂ ਦਏ ਹਾਂ ਅਸੀਂ
ਤੇ ਬਸ ਠੀਕ ਹੈ ਜੀ ਅੱਜ ਥੱਕ ਥੁੱਕ ਗਏ ਹਾਂ ਬੈਲ ਮਾਰ ਲਈਏ ਮਾੜੀ ਜੀ ਅਤੇ ਸਹੀ ਆ ਅੱਜ ਆਪਾਂ ਵਲੋਗ ਇੱਥੇ ਖਤਮ ਕਰੀਏ ਅਤੇ ਮਿਲਦੇ ਹਾਂ ਕਿਸੇ ਨਵੇਂ ਜਿਹੇ ਵਲੋਗ ਦੇ ਵਿੱਚ ਅਤੇ ਹੁਣ ਆਪਾਂ ਥੱਕ ਗਏ ਹਾਂ ਹੁਣ ਆਪਣੇ ਅੰਦਰ ਪਾਵਰ ਹੈ ਨਹੀਂ ਗੀ ਕਿ ਤੁਹਾਨੂੰ ਮੈਂ ਪਾਵਰ ਦੇ ਵਿੱਚ ਦੱਸਾਂ ਕਿ ਕਿੱਦਾਂ ਵਲੋਗ ਖਤਮ ਕਰੀਦਾ ਆ ਤੁਸੀਂ ਆਪਣੇ ਆਪ ਸਮਝੋ ਜਲਦੀ ਮਿਲਾਂਗੇ ਨਵੇਂ ਵੀਡੀਓ ਦੇ ਵਿੱਚ ਬਾਏ ਬਾਏ ਤਦ ਤੱਕ ਲਈ ਰੱਬ ਰੱਖਾ।